ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਸਟੱਡੀ ਬਾਈ ਹਰਪ੍ਰੀਤ ਵਿੱਚ ਬੜਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਦੋਸਤੋ ਜੋ SSC ਵੱਲੋਂ ਜੋ ਪੋਸਟ ਆਊਟ ਕੀਤੀ ਗਈ ਠੀਕ ਹੈ ਕੰਬਾਈਨਡ ਹਾਇਰ ਸਕੈਂਡਰੀ ਪਲੱਸ 2 ਲੈਵਲ ਐਗਜ਼ਾਮੀਨੇਸ਼ਨ 2021 ਠੀਕ ਹੈ CHSL ਜੋ ਪਾਰਟੀ ਆਊਟ ਕੀਤੀ ਗਈ ਹੈ ਤੇ ਇਹਦੇ ਵਿੱਚ ਆਪਾਂ ਸਟਾਰਟ ਦੀ ਗੱਲ ਕਰੀਏ ਫਾਰਮ ਜੋ ਸਟਾਰਟ ਹੋ ਗਏ ਨੇ ਤੁਹਾਡੇ 1 ਫਰਵਰੀ ਤੋਂ ਸਟਾਰਟ ਹੋ ਗਏ ਨੇ ਤੇ ਲਾਸਟ ਡੇਡ ਗੱਲ ਕਰੀਏ 7 ਮਾਰਚ 2022 ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਹੈ ਤੁਹਾਡਾ ਸੈਡਿਊਲ ਆਫ ਕੰਪਿਊਟਰ ਬੇਸਡ ਐਗਜ਼ਾਮ ਹੁਣ ਲਾ ਟਾਇਰ 1 ਮਈ 2022 ਵਿੱਚ ਹੋਵੇਗਾ ਠੀਕ ਹੈ ਤੇ ਬਾਕੀ ਆ ਚੈੱਕ ਕਰ ਲੈਣਾ ਤੇ ਪੇ ਸਕਿੱਲ ਦੀ ਗੱਲ ਕਰੀਏ ਤਾਂ ਲੋਅਰ ਡਿਵੀਜ਼ਨ ਕਲਰਕ ਐਲ ਡੀ ਸੀ ਜੂਨੀਅਰ ਸੈਕਟਰੀਟ ਅਸਿਸਟੈਂਟ ਜੀ ਐਸ ਸੀ ਪੇ ਲੈਵਲ ਤੁਹਾਡਾ 2 ਤੇ ਹੋਵੇਗਾ ਤਾਂ 19900 ਤੋਂ 63200 ਰੁਪਏ ਪਰ ਮਹੀਨਾ ਤੇ ਪੋਸਟਲ ਅਸਿਸਟੈਂਟ ਦੀ ਪੀਏ ਸ਼ਾਰਟਿੰਗ ਅਸਿਸਟੈਂਟ ਐਸ ਏ ਪੇ ਲੈਵਲ ਹੋਵੇਗਾ 4 ਤੇ 25500 ਤੋਂ ਲੈ ਕੇ 81100 ਰੁਪਏ ਪਰ ਮਹੀਨਾ। ਬਾਕੀ ਅਲੱਗ-ਅਲੱਗ ਪੋਸਟਾਂ ਦਿੱਤੀਆਂ ਇਹਨੇ। ਡਾਟਾ ਐਂਟਰੀ ਆਪਰੇਟਰ ਡੀਈਓ ਇਹਦਾ ਪੇ ਲੈਵਲ ਹੈਗਾ 4 ਤੇ 25500 ਤੋਂ 81100 ਐਂਡ ਲੈਵਲ 5 29200 ਤੋਂ 92300 ਰੁਪਏ ਤੇ ਡਾਟਾ ਐਂਟਰੀ ਆਪਰੇਟਰ ਗ੍ਰੇਡ ਏ ਦਾ ਪੇ ਲੈਵਲ ਹੈਗਾ 4 ਤੇ 25500 ਤੋਂ 81100 ਰੁਪਏ ਪਰ ਮਹੀਨਾ। ਬਾਕੀ ਚੈੱਕ ਕਰ ਲੈਣਾ ਜੋ ਹੋਵੇਗਾ ਪੋਸਟਾਂ ਆ ਪੋਸਟਾਂ ਦਿੱਤੀਆਂ ਨੇ ਸਾਰੀਆਂ ਜੋ ਵੀ ਹੋ ਗਈਆਂ ਨੇ ਵੇਖ ਲੈਣਾ ਇਹਦੇ ਵਿੱਚ ਆਪਾਂ ਇਹ ਦੀ ਗੱਲ ਕਰੀਏ ਤਾਂ 18 ਤੋਂ 27 ਸਾਲ ਰੱਖੀ ਗਈ ਇਹ ਜਰਨਲ ਕੈਟਾਗਰੀ ਵਾਸਤੇ ਬਾਕੀ ਜੋ ਰਿਜ਼ਰਵਡ ਕੈਟਾਗਰੀ ਹੈਗੀਆਂ ਨੇ ਜਿਵੇਂ ਐਸਸੀ ਐਸਟੀ ਨੂੰ 5 ਸਾਲ ਦੀ ਛੂਟ ਤੇ ਓਬੀਸੀ ਨੂੰ 3 ਸਾਲ ਦੀ ਛੂਟ ਜੋ ਪੀਡਬਲਯੂਡੀ ਆਨਰਜ਼ਟਵਰ ਨੂੰ 10 ਸਾਲ ਦੀ ਛੂਟ ਪੀ ਡਬਲਯੂ ਡੀਓਬੀਸੀ ਨੂੰ 13 ਸਾਲ ਦੀ ਛੂਟ ਪੀ ਡਬਲਯੂ ਡੀ ਐਸਸੀਐਸਟੀ ਨੂੰ 15 ਸਾਲ ਦੀ ਛੂਟ ਬਾਕੀ ਤੁਸੀਂ ਚੈੱਕ ਕਰ ਲੈਣਾ ਠੀਕ ਜੋ ਵੀ ਹੈਗਾ ਇਹ ਮੈਂ ਪਾ ਦਾਂਗਾ ਪੀਡੀਫ ਆਪਣੇ ਟੈਲੀਗ੍ਰam ਗਰੁੱਪ ਵਿੱਚ ਟੈਲੀਗ੍ਰam ਗਰੁੱਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਤਾਂ ਜੁਆਇਨ ਜ਼ਰੂਰ ਕਰ ਲੋ ਬਾਕੀ ਇੱਕ ਵਾਰੀ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਸਾਰਾ ਜੋ ਵੀ ਹੈਗਾ ਪੜ ਲੈਣਾ ਉਸ ਤੋਂ ਬਾਅਦ ਹੀ ਅਪਲਾਈ ਕਰਨਾ ਹੁਣ ਆਪਾਂ ਗੱਲ ਕਰਦੇ ਆ এডਿਕੇਸ਼ਨ ਕੁਆਲਿਫਿਕੇਸ਼ਨ ਦੀ ਐਲ ਡੀ ਸੀ ਜੇ ਐਸ ਪੀ ਐਸ ਡੀਓ ਇਹਨਾਂ ਵਾਸਤੇ ਜੋ ਕੁਆਲਿਫਿਕੇਸ਼ਨ ਰੱਖੇਗੀ ਪਲੱਸ 2 ਰੱਖੇਗੀ ਠੀਕ ਹੈ ਪਲੱਸ 2 ਤੁਸੀਂ ਰੈਗਨਾਈਜ਼ਡ ਬੋਰਡ ਜਾਂ ਯੂਨੀਵਰਸਿਟੀ ਤੋਂ ਕੀਤੀ ਤਾਂ ਅਪਲਾਈ ਕਰ ਸਕਦੇ ਹੋ ਤੇ ਅਗਲੀ ਜਿਹੜੀਆਂ ਪੋਸਟਾਂ ਆ ਗਈਆਂ ਨੇ ਡਾਟਾ ਐਂਟਰੀ অপারেਟ ਡੀਓ ਗ੍ਰੇਡ ਏ ਇਨ ਦਾ ਆਫਿਸ ਆਫ ਕੰਟਰੋਲਰ ਐਂਡ auditor journal of india c and ag ਠੀਕ ਹੈ ਇਹਨਾਂ ਵਾਸਤੇ ਜੋ ਹੈਗੀ ਕੁਆਲਿਫੀਕੇਸ਼ਨ ਹੈਗੀ 12ਵੀਂ ਤੁਸੀਂ ਕੀਤੀ ਸਾਇੰਸ ਸਟ੍ਰੀਮ ਤੋਂ ਕੀਤੀ ਹੈ ਤੇ ਵਿਦ ਤੁਹਾਡੇ ਕੋਲ ਮੈਥਮੈਟਿਕਸ ਜੋ ਸਬਜੈਕਟ ਹੋਣਾ ਕੰਪਲਸਰੀ ਹੈ ਠੀਕ ਹੈ ਤੁਸੀਂ ਰੈਗਨਾਈਜ਼ਡ ਬੋਰਡ ਜਾਂ ਇਕੁਇਵੈਲੈਂਟ ਜੋ ਵੀ ਹੈਗਾ ਠੀਕ ਹੈ ਤੁਸੀਂ ਇਹ ਕੀਤੀ ਤੁਹਾਡੇ ਕੋਲ ਇੱਕ ਕੁਆਲਿਫੀਕੇਸ਼ਨ ਤਾਂ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਸਮਝ ਨਹੀਂ ਆਉਂਦੀ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਸਾਰਾ ਕੁਝ ਜੋ ਵੀ ਹੈਗਾ ਇਹਨਾਂ ਠੀਕ ਪੜ ਲੈਣਾ ਕੁਆਲਿਫੀਕੇਸ਼ਨ ਜੋ ਵੀ ਸਾਰਾ ਕੁਝ ਹੈਗਾ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਅਪਲਾਈ ਕਰਨਾ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਇਹਦੇ ਵਿੱਚ 100 ਰੁਪਏ ਰੱਖੀ ਗਈ ਹੈ ਬਾਕੀ ਜੋ ਕੈਂਡੀਡੇਟ ਊਮੈਨ ਕੈਂਡੀਡੇਟ ਹੋਗੇ ਨੇ ਜਾਂ ਐਸਸੀ ਐਸਟੀ ਪਰਸਨ ਵਿਦ ਡਿਸੇਬਿਲਟੀ ਐਂਡ ਐਕਸ ਸਰਵਿਸਮੈਨ ਠੀਕ ਹੈ ਇਹਨਾਂ ਵਾਸਤੇ ਕੋਈ ਫੀਸ ਨਹੀਂ ਰੱਖੀ ਗਈ ਹੈ ਬਾਕੀ ਸਾਰਾ ਕੁਝ ਚੈੱਕ ਕਰ ਲੈਣਾ ਜੋ ਵੀ ਹੈਗਾ ਠੀਕ ਹੈ ਆ ਜੋ ਵੀ ਇਹਨੇ ਐਗਜ਼ਾਮ ਸੈਂਟਰ ਦਿੱਤੇ ਨੇ ਸਾਰਾ ਵੇਖ ਲੈਣਾ ਜੋ ਵੀ ਹੈਗਾ ਤੇ ਆ ਤੜਾ ਸਿਲੇਬਸ ਵਗੈਰਾ ਦਿੱਤਾ ਜੋ ਰਿਟਨ ਐਗਜ਼ਾਮ ਤੁਹਾਡਾ ਹੋਣਾ ਹੈ ਠੀਕ ਹੈ ਤੇ ਵੇਖ ਲੈਣਾ ਜੋ ਵੀ ਹੈਗਾ ਤਾਂ ਸਾਰਾ ਕੋਈ ਦਿੱਤਾ ਹੈ ਜੋ ਵੀ ਹੈਗਾ ਸਾਰਾ ਇੱਕ ਵਾਰੀ ਪੜ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਉਸ ਤੋਂ ਬਾਅਦ ਹੀ ਅਪਲਾਈ ਕਰਨਾ ਤਾਂ ਇਹ ਮੈਂ ਪਾ ਦਾਂਗਾ ਪੀਡੀਫ ਆਪਣੇ ਟੈਲੀਗ੍ਰam ਗਰੁੱਪ ਵਿੱਚ ਤਾਂ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਜੋ ਵੀ ਹੈਗਾ ਸਾਰਾ ਪੜ ਲੈਣਾ ਉਸ ਤੋਂ ਬਾਅਦ ਅਪਲਾਈ ਕਰਨਾ ਤਾਂ ਇਹ ਸੀ ਆਈ ਦੇ ਵੀਡੀਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ